ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬੇਅਦਬੀਆਂ ਅਤੇ ਬਹਿਬਲ ਕਲਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁੱਖ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦਾ ਮਾਮਲਾ ਸਰਕਾਰਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਠੰਡੇ ਬਸਤੇ ਦੇ ਵਿੱਚ ਪਾਉਣ ਦੀ, ਪਰ ਇਹ ਨਹੀਂ ਪੈ ਸਕਦਾ, ਕਿਉਂਕਿ ਸਾਰੀ ਦੀ ਸਾਰੀ ਸਿੱਖ ਕੌਮ ਦੀਆਂ ਸਿੱਖ ਸੰਗਤ ਦੀਆਂ ਭਾਵਨਾਵਾਂ ਇਸ ਮਾਮਲੇ ਦੇ ਨਾਲ ਜੁੜੀਆਂ ਹੋਈਆਂ। ਹਾਲ ਹੀ ਦੇ ਵਿੱਚ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਨੂੰ ਲੈ ਕੇ ਸਿੰਘਾਂ ਦਾ ਇੱਕ ਵਫਦ ਚੀਫ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਨੂੰ ਮਿਲਿਆ, ਜਿਸ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਟਕਸਾਲੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ, ਦੁਆਬਾ ਤਰਲੋਚਨ ਸਿੰਘ ਅਤੇ ਪਰਮਜੀਤ ਸਿੰਘ ਆਦਿ ਸ਼ਾਮਿਲ ਹੋਏ। ਇਹਨਾਂ ਨੇ ਮਿਲ ਕੇ ਇਹ ਮੰਗ ਪੱਤਰ ਚੋਣ ਕਮਿਸ਼ਨ ਅਫਸਰ ਕਰਨਾ ਰਾਜੂ ਨੂੰ ਦਿੱਤਾ ਤਾਂ ਜੋ ਇਹ ਤਬਾਦਲਾ ਬਰਖਾਸਤ ਕਰਕੇ ਮੁੜ ਕੁੰਵਰ ਵਿਜੇ ਪ੍ਰਤਾਪ ਨੂੰ ਸਿੱਟ ਦਾ ਹਿੱਸਾ ਬਣਾਇਆ ਜਾਵੇ, ਕਿਉਂਕਿ ਸਿੱਟ ਜੋ ਕਾਰਵਾਈ ਕਰ ਰਹੀ ਸੀ ਉਸ ਦੇ ਚਲਦਿਆਂ ਬਹੁਤ ਸਾਰੇ ਦੋਸ਼ੀ ਬੇਨਕਾਬ ਹੋ ਗਏ ਸਨ ਤੇ ਹੁਣ ਇਸ SIT ਦੇ ਹੱਥ ਉਹਨਾਂ ਮਗਰਮੱਛਾਂ ਦੇ ਗਿਰੇਬਾਨ ਤੱਕ ਜਾਣ ਵਾਲੇ ਸਨ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਨਾਲ ਸੰਧੀ ਕਰਕੇ ਅਪਰੋਚ ਲਗਾ ਕੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾਇਆ ਹੈ। ਆਖਿਰ ਇਸ ਸਾਰੇ ਮਸਲੇ ਉੱਤੇ ਕੀ ਕਿਹਾ ਸਿੱਖ ਜਥੇਬੰਦੀਆਂ ਨੇ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ, ਆਓ ਮਾਰਦੇ ਹਾਂ ਇੱਕ ਨਜ਼ਰ। ਕੀ ਡਿਮਾਂਡ ਰੱਖੀ ਹੈ? ਬੀਤੇ ਦਿਨੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕੀਤੀ ਗਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਤਾਂ ਉਸ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਹਰ ਜਥੇਬੰਦੀ ਨੇ ਆਪਣੀ ਅਰਜੈਂਟਮੈਂਟ ਦਿਖਾਈ ਹੈ। ਤੋ ਅੱਜ ਪੰਜਾਬ ਜਿਹੜੀ ਜਨਰਲ ਕੈਟਾਗਰੀ ਫੈਡਰੇਸ਼ਨ ਹੈ ਸਾਡੀ, ਇਸ ਵੱਲੋਂ ਦੁਆਬਾ ਜਨਰਲ ਕੈਟਾਗਰੀ ਫਰੰਟ ਵੱਲੋਂ ਅਸੀਂ ਅੱਜ ਇਹ ਜਿਹੜਾ ਮੈਮੋਰੰਡਮ ਦਿੱਤਾ ਚੀਫ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ, ਉਸ ਦੇ ਵਿੱਚ ਅਸੀਂ ਮੰਗ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਬਦਲੀ ਹੈ ਉਹਨੂੰ ਹਰ ਹਾਲਤ ਦੇ ਵਿੱਚ ਕੈਂਸਲ ਕੀਤਾ ਜਾਣਾ ਚਾਹੀਦਾ। ਸੋ ਸਾਨੂੰ ਕਰਨਾ ਰਾਜੂ ਜੀ ਨੇ ਬੜਾ ਵਿਸ਼ਵਾਸ ਦਵਾਇਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਇਸ ਤਰ੍ਹਾਂ ਦੇ ਮੈਮੋਰੰਡਮ ਦਿੱਤੇ ਨੇ, ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਤੁਹਾਡੀ ਆਵਾਜ਼ ਲਿਖਤੀ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਦੇਵਾਂਗਾ। ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਸਾਡਾ ਸਾਥ ਦਿਓ, ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਨਸ਼ਿਆਂ ਦੇ ਮਾਰੂ ਰੁਝਾਨ ਨੂੰ ਔਰ ਵੋਟਾਂ ਦੀ ਖਰੀਦੋ ਫਰੋਖਤ ਨੂੰ ਰੋਕਣ ਵਾਸਤੇ ਵੀ ਇਲੈਕਸ਼ਨ ਕਮਿਸ਼ਨ ਨੇ ਸਾਡਾ ਸਹਿਯੋਗ ਮੰਗਿਆ ਅਤੇ ਅਸੀਂ ਉਹਨਾਂ ਨੂੰ ਉਹ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਸਹਿਮਤੀ ਪ੍ਰਗਟ ਕੀਤੀ ਹੈ। ਮੇਨ ਗੱਲ ਹੈਗੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਬਰਗਾੜੀ ਬਹਿਬਲ ਕਾਂਡ ਦੀ ਜਾਂਚ ਕਰ ਰਹੇ ਸੀ ਅਤੇ ਉਹਨਾਂ ਦੀ ਜਾਂਚ ਨੂੰ ਰੋਕਣ ਵਾਸਤੇ ਇੱਕ ਪਰਿਵਾਰ ਵੱਲੋਂ ਜਿਸ ਤਰੀਕੇ ਨਾਲ ਦਬਾਅ ਪਾ ਕੇ ਮੋਦੀ ਸਰਕਾਰ ਦੇ ਉੱਪਰ ਅਤੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਪ੍ਰਭਾਵਿਤ ਕੀਤਾ ਗਿਆ, ਉਸ ਦੇ ਨਾਲ ਪੰਜਾਬ ਦੀ ਡੈਮੋਕ੍ਰੇਸੀ, ਇਕੱਲੀ ਪੰਜਾਬ ਦੀ ਨਹੀਂ ਸਮੁੱਚੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਹੁਤ ਵੱਡੀ ਸੱਟ ਵੱਜੀ ਹੈ ਅਤੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨਿਰਪੱਖ ਚੋਣ ਕਰਾਉਣ ਦੇ ਦਾਅਵੇ ਕਰਦਾ, ਜੇਕਰ ਉਹ ਇੱਕ ਦਲ ਦੇ ਕਹਿਣ ਦੇ ਉੱਤੇ ਬਦਲੀ ਕਰ ਦਿੰਦਾ ਉਸ ਅਧਿਕਾਰੀ ਦੀ ਜਿਸ ਦੇ ਉੱਪਰ ਬੜੀਆਂ ਵੱਡੀਆਂ ਆਸਾਂ ਰੱਖੀਆਂ ਗਈਆਂ ਨੇ, ਤਾਂ ਬਾਕੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੋਵੇਗਾ ਇਹ ਜਿਹੜਾ ਇੱਕ ਤੌਖਲਾ ਸਾਡੇ ਸਾਹਮਣੇ ਉਸ ਨੂੰ ਦੂਰ ਕਰਨ ਵਾਸਤੇ ਅੱਜ ਅਸੀਂ ਉਹਨਾਂ ਨੂੰ ਲਿਖਤੀ ਮੈਮੋਰੰਡਮ ਜਿਹੜਾ ਉਹ ਜਨਰਲ ਕੈਟਾਗਰੀ ਵੱਲੋਂ ਅਸੀਂ ਅੱਜ ਦਿੱਤਾ ਹੈ। ਇੱਕ ਜਿਹੜੀ ਗੱਲ ਇਹ ਹੋਈ ਹੈ ਕਿ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਕਿ ਅਸੀਂ ਹਰ ਉਸ ਵਿਅਕਤੀ ਨੂੰ ਜਿਹੜਾ ਵੋਟਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ, ਚਾਹੇ ਉਹ ਨਸ਼ਿਆਂ ਦੇ ਨਾਲ, ਚਾਹੇ ਉਹ ਪੈਸੇ ਦੇ ਨਾਲ, ਜਾਂ ਮਸਲ ਪਾਵਰ ਦੇ ਨਾਲ, ਜਾਂ ਕੋਈ ਵੀ ਢੰਗ ਤਰੀਕਾ ਅਪਣਾ ਕੇ ਵੋਟਰ ਨੂੰ ਡਰਾਉਂਦਾ, ਧਮਕਾਉਂਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ, ਤਾਂ ਉਸ ਲਈ ਸਾਨੂੰ ਪਬਲਿਕ ਦਾ ਸਹਿਯੋਗ ਦੀ ਬੜੀ ਵੱਡੀ ਲੋੜ ਹੈ। ਤਾਂ ਪਬਲਿਕ ਦਾ ਸਹਿਯੋਗ ਲੈਣ ਵਾਸਤੇ ਉਹਨਾਂ ਨੇ ਸਾਨੂੰ ਕਿਹਾ ਅਤੇ ਅਸੀਂ ਉਸ ਦੇ ਵਿੱਚ ਆਪਣਾ ਸਹਿਯੋਗ ਦੇਣ ਲਈ ਅਸੀਂ ਤਾਂ ਚਾਹੁੰਦੇ ਹਾਂ
ਕਿ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਉਹ ਨਸ਼ਿਆਂ ਦਾ ਸਹਾਰਾ ਨਾ ਲਵੇ, ਕਿਉਂਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਅੱਜ ਸਮੈਕ, ਚਿੱਟਾ ਅਤੇ ਜਿਹੜਾ ਤਰ੍ਹਾਂ ਤਰ੍ਹਾਂ ਦਾ ਨਸ਼ਾ ਜਿਹੜਾ ਉਹ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਾ ਚੁੱਕਾ, ਘਰਾਂ ਦੇ ਵਿੱਚ ਜਾ ਚੁੱਕਾ, ਔਰ ਰੋਜ਼ ਜਵਾਨੀ ਦਾ ਘਾਣ ਹੋ ਰਿਹਾ। ਤਾਂ ਉਸ ਨੂੰ ਰੋਕਣ ਵਾਸਤੇ ਜਿਹੜਾ ਉਹਨਾਂ ਨੇ ਸਾਨੂੰ ਇੱਕ ਸੁਨੇਹਾ ਦਿੱਤਾ, ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ। ਠੀਕ ਹੈ ਜੀ। ਕੁਲਾਣਾ ਜੀ, ਪ੍ਰਧਾਨ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ, ਜਿਹੜੇ ਕਿ ਹੁਸ਼ਿਆਰਪੁਰ ਤੋਂ ਅੱਜ ਸਰਦਾਰ ਕਮੈਲ ਸਿੰਘ ਦੀ ਟੀਮ ਅਹਿਮਦ ਜਿਹੜੇ ਕਿ ਮੁੱਖ ਸਲਾਹਕਾਰ ਨੇ, ਇਹਨਾਂ ਦੀ ਅਗਵਾਈ ਦੇ ਵਿੱਚ ਚੋਣ ਕਮਿਸ਼ਨ ਜੀ ਨੂੰ ਅਸੀਂ ਮੰਗ ਪੱਤਰ ਦਿੱਤਾ, ਔਰ ਮੰਗ ਪੱਤਰ ਦਾ ਜਿਹੜਾ ਇਹਨਾਂ ਨੇ ਸਾਰਾ ਦੱਸ ਹੀ ਦਿੱਤਾ ਵੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨੂੰ ਲੈ ਕੇ ਕੀਤਾ, ਔਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਜਿਹੜਾ ਡੈਪੂਟੇਸ਼ਨ ਉਹਨਾਂ ਤੋਂ ਮੰਗ ਲਈ ਸੀ, ਪਿੱਛੇ ਗਵਰਨਰ ਸਾਹਿਬ ਨੂੰ ਵੀ ਮਿਲੇ ਸੀ, ਪਰ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਇਹ ਜਿਹੜੀ ਡਿਮਾਂਡਸ ਹੈ ਇਲੈਕਸ਼ਨ ਕਮਿਸ਼ਨ ਦੇ ਕੋਲ ਤੁਸੀਂ ਕਰ ਸਕਦੇ ਹੋ, ਔਰ ਉਹ ਜਿਹੜੀ ਸਾਡੀ ਡਿਮਾਂਡਸ ਹੈ ਕਿ ਜਿਵੇਂ ਆਜ਼ਾਦੀ ਤੋਂ ਬਾਅਦ ਸਾਡੇ ਜਿਹੜੇ ਕੁਝ ਹਲਕੇ ਨੇ ਵਿਧਾਨ ਸਭਾ ਦੇ ਜਾਂ ਲੋਕ ਸਭਾ ਦੇ, ਉਹ ਪੱਕੇ ਤੌਰ 'ਤੇ ਰਿਜ਼ਰਵ ਚੱਲੇ ਆ ਰਹੇ। ਅਸੀਂ ਉਹਨਾਂ ਨੂੰ ਇਹ ਮੰਗ ਕੀਤੀ ਹੈ ਕਿ ਜਿਹੜੇ ਸਾਡੇ ਰਿਜ਼ਰਵ ਹਲਕੇ ਨੇ ਪੱਕੇ ਤੌਰ 'ਤੇ ਰਿਜ਼ਰਵ ਕੀਤੇ ਹੋਏ ਨੇ, ਉਹਨਾਂ ਨੂੰ ਰੋਟੇਸ਼ਨ ਬਾਈ ਹੋਣਾ ਚਾਹੀਦਾ ਆ, ਔਰ ਸਾਰਿਆਂ ਨੂੰ ਬਦਲ ਬਦਲ ਕੇ ਜਿਹੜਾ ਮੌਕਾ ਮਿਲਣਾ ਚਾਹੀਦਾ। ਔਰ ਉਹਨਾਂ ਨੇ ਇਹ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ, ਔਰ ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਵਾਕਿਆ ਹੀ ਇਸ ਗੱਲ ਦਾ ਮੈਨੂੰ ਨਹੀਂ ਸੀ ਪਤਾ ਕਿ ਆਪਾਂ ਇਹਨੂੰ ਜੋ ਵੀ ਕਾਨੂੰਨੀ ਦਾਇਰੇ ਦੇ ਹਿਸਾਬ ਦੇ ਨਾਲ ਜਿਹੜਾ ਆਪਾਂ ਤੁਹਾਡੀ ਮੰਗ ਜਿਹੜੀ ਸਵੀਕਾਰ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸੰਬੰਧੀ ਆਪਾਂ ਇੱਕ ਪਟੀਸ਼ਨ ਜਿਹੜੀ ਤਿਆਰ ਕਰਕੇ ਇਹਨੂੰ ਪਟੀਸ਼ਨ ਨੂੰ ਵੀ ਪਾ ਰਹੇ ਹਾਂ ਇਹਨਾਂ ਦੇ ਕੋਲ ਇਲੈਕਸ਼ਨ ਕਮਿਸ਼ਨ ਦੇ ਥਰੂ ਕਿ ਜਿਹੜੇ ਸਾਡੇ ਹਲਕੇ ਆ ਵਿਧਾਨ ਸਭਾ ਜਾਂ ਲੋਕ ਸਭਾ ਇਹ ਰੋਟੇਸ਼ਨ ਬਾਈ ਹੋਣੇ ਚਾਹੀਦੇ ਆ। ਗੁਰਪਿਆਰੋ, ਗੱਲ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀ ਹੋਵੇ, ਬੇਗੁਨਾਹਾਂ ਦੇ ਉੱਤੇ ਚੱਲੀਆਂ ਹੋਈਆਂ ਗੋਲੀਆਂ ਦੀ ਹੋਵੇ, ਸਦਾ ਸਾਧ ਨੂੰ ਦਿੱਤੀ ਹੋਈ ਮੁਆਫ਼ੀ ਦੀ ਹੋਵੇ, ਉੱਥੇ ਸਿੱਖ ਕੌਮ ਕਿਸੇ ਵੀ ਗੁਨਾਹਗਾਰ ਨੂੰ ਕਦੇ ਮੁਆਫ਼ ਨਹੀਂ ਕਰ ਸਕਦੀ। ਇਸ ਲਈ ਚਾਹੇ ਬਾਦਲਾਂ ਨੇ ਇੰਡੀਅਨ ਇਲੈਕਸ਼ਨ ਕਮਿਸ਼ਨ ਦੇ ਅੱਗੇ ਗੁਹਾਰ ਲਗਾ ਕੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੁੰਵਰ ਵਿੱਚ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾ ਦਿੱਤਾ ਹੈ, ਪਰ ਸਿੱਖ ਜਥੇਬੰਦੀਆਂ ਇਸ ਨੂੰ ਕਦੇ ਪ੍ਰਵਾਨ ਨਹੀਂ ਕਰਨਗੀਆਂ, ਅਤੇ ਹਰ ਪਾਸਿਓਂ ਇਹੀ ਕੋਸ਼ਿਸ਼ ਜਾਰੀ ਹੈ ਕਿ ਜਲਦ ਤੋਂ ਜਲਦ IG ਕੁੰਵਰ ਵਿਜੇ ਪ੍ਰਤਾਪ ਦੀ ਮੁੜ SIT ਦੇ ਵਿੱਚ ਬਹਾਲੀ ਕਰਵਾਈ ਜਾਵੇ, ਤਾਂ ਜੋ ਉਹ ਗੁਨੇਗਾਰ ਜਲਦ ਤੋਂ ਜਲਦ ਬੇਨਕਾਬ ਹੋਣ ਜਿਹਨਾਂ ਨੇ ਬੈਬਲ ਕਲਾ ਵਿਖੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ, ਅਤੇ ਜਿਹਨਾਂ ਦੀ ਸ਼ਹਿ ਦੇ ਉੱਤੇ ਸਾਡੇ ਇਸ਼ਟ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਤੇ ਕੀ ਡਿਮਾਂਡ ਰੱਖੀ ਹੈਗੀ? ਦੇਖੋ, ਬੀਤੇ ਦਿਨੀ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕੀਤੀ ਗਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ, ਤਾਂ ਉਸ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਹਰ ਜਥੇਬੰਦੀ ਨੇ ਆਪਣੀ ਅਰਜੈਂਟਮੈਂਟ ਦਿਖਾਈ ਹੈ। ਤੋ ਅੱਜ ਪੰਜਾਬ ਜਿਹੜੀ ਜਨਰਲ ਕੈਟਾਗਰੀ ਫੈਡਰੇਸ਼ਨ ਹੈ ਸਾਡੀ, ਇਸ ਵੱਲੋਂ ਦੁਆਬਾ ਜਨਰਲ ਕੈਟਾਗਰੀ ਫਰੰਟ ਵੱਲੋਂ ਅਸੀਂ ਅੱਜ ਇਹ ਜਿਹੜਾ ਮੈਮੋਰੰਡਮ ਦਿੱਤਾ ਹੈ ਚੀਫ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ, ਉਸ ਦੇ ਵਿੱਚ ਅਸੀਂ ਮੰਗ ਕੀਤੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਬਦਲੀ ਹੈ ਉਹਨੂੰ ਹਰ ਹਾਲਤ ਦੇ ਵਿੱਚ ਕੈਂਸਲ ਕੀਤਾ ਜਾਣਾ ਚਾਹੀਦਾ। ਸੋ ਸਾਨੂੰ ਕਰਨਾ ਰਾਜੂ ਜੀ ਨੇ ਬੜਾ ਵਿਸ਼ਵਾਸ ਦਵਾਇਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਇਸ ਤਰ੍ਹਾਂ ਦੇ ਮੈਮੋਰੰਡਮ ਦਿੱਤੇ ਨੇ, ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਤੁਹਾਡੀ ਆਵਾਜ਼ ਲਿਖਤੀ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਦੇਵਾਂਗਾ, ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਸਾਡਾ ਸਾਥ ਦਿਓ, ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਨਸ਼ਿਆਂ ਦੇ ਮਾਰੂ ਰੁਝਾਨ ਨੂੰ ਔਰ ਵੋਟਾਂ ਦੀ ਖਰੀਦੋ ਫਰੋਖਤ ਨੂੰ ਰੋਕਣ ਵਾਸਤੇ ਵੀ
ਇਲੈਕਸ਼ਨ ਕਮਿਸ਼ਨ ਨੇ ਸਾਡਾ ਸਹਿਯੋਗ ਮੰਗਿਆ ਅਤੇ ਅਸੀਂ ਉਹਨਾਂ ਨੂੰ ਉਹ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਸਹਿਮਤੀ ਪ੍ਰਗਟ ਕੀਤੀ ਹੈ। ਮੇਨ ਗੱਲ ਹੈਗੀ ਹੈ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਬਰਗਾੜੀ ਬਹਿਬਲ ਕਾਂਡ ਦੀ ਜਾਂਚ ਕਰ ਰਹੇ ਸੀ ਅਤੇ ਉਹਨਾਂ ਦੀ ਜਾਂਚ ਨੂੰ ਰੋਕਣ ਵਾਸਤੇ ਇੱਕ ਪਰਿਵਾਰ ਵੱਲੋਂ ਜਿਸ ਤਰੀਕੇ ਨਾਲ ਦਬਾਅ ਪਾ ਕੇ ਮੋਦੀ ਸਰਕਾਰ ਦੇ ਉੱਪਰ ਅਤੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਪ੍ਰਭਾਵਿਤ ਕੀਤਾ ਗਿਆ, ਉਸ ਦੇ ਨਾਲ ਪੰਜਾਬ ਦੀ ਡੈਮੋਕ੍ਰੇਸੀ, ਇਕੱਲੀ ਪੰਜਾਬ ਦੀ ਨਹੀਂ ਸਮੁੱਚੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਹੁਤ ਵੱਡੀ ਸੱਟ ਵੱਜੀ ਹੈ ਅਤੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨਿਰਪੱਖ ਚੋਣ ਕਰਾਉਣ ਦੇ ਦਾਅਵੇ ਕਰਦਾ, ਜੇਕਰ ਉਹ ਇੱਕ ਦਲ ਦੇ ਕਹਿਣ ਦੇ ਉੱਤੇ ਬਦਲੀ ਕਰ ਦਿੰਦਾ ਉਸ ਅਧਿਕਾਰੀ ਦੀ ਜਿਸ ਦੇ ਉੱਪਰ ਬੜੀਆਂ ਵੱਡੀਆਂ ਆਸਾਂ ਰੱਖੀਆਂ ਗਈਆਂ ਨੇ, ਤਾਂ ਬਾਕੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੋਵੇਗਾ, ਇਹ ਜਿਹੜਾ ਇੱਕ ਤੌਖਲਾ ਸਾਡੇ ਸਾਹਮਣੇ ਉਸ ਨੂੰ ਦੂਰ ਕਰਨ ਵਾਸਤੇ ਅੱਜ ਅਸੀਂ ਉਹਨਾਂ ਨੂੰ ਲਿਖਤੀ ਮੈਮੋਰੰਡਮ ਜਿਹੜਾ ਉਹ ਜਨਰਲ ਕੈਟਾਗਰੀ ਵੱਲੋਂ ਅਸੀਂ ਅੱਜ ਦਿੱਤਾ। ਇੱਕ ਜਿਹੜੀ ਗੱਲ ਇਹ ਹੋਈ ਹੈ ਕਿ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਕਿ ਅਸੀਂ ਹਰ ਉਸ ਵਿਅਕਤੀ ਨੂੰ ਜਿਹੜਾ ਵੋਟਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ, ਚਾਹੇ ਉਹ ਨਸ਼ਿਆਂ ਦੇ ਨਾਲ, ਚਾਹੇ ਉਹ ਪੈਸੇ ਦੇ ਨਾਲ, ਜਾਂ ਮਸਲ ਪਾਵਰ ਦੇ ਨਾਲ, ਜਾਂ ਕੋਈ ਵੀ ਢੰਗ ਤਰੀਕਾ ਅਪਣਾ ਕੇ ਵੋਟਰ ਨੂੰ ਡਰਾਉਂਦਾ, ਧਮਕਾਉਂਦਾ, ਜਾਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ, ਤਾਂ ਉਸ ਲਈ ਸਾਨੂੰ ਪਬਲਿਕ ਦਾ ਸਹਿਯੋਗ ਦੀ ਬੜੀ ਵੱਡੀ ਲੋੜ ਹੈ। ਤਾਂ ਪਬਲਿਕ ਦਾ ਸਹਿਯੋਗ ਲੈਣ ਵਾਸਤੇ ਉਹਨਾਂ ਨੇ ਸਾਨੂੰ ਕਿਹਾ ਅਤੇ ਅਸੀਂ ਉਸ ਦੇ ਵਿੱਚ ਆਪਣਾ ਸਹਿਯੋਗ ਦੇਣ ਲਈ, ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਉਹ ਨਸ਼ਿਆਂ ਦਾ ਸਹਾਰਾ ਨਾ ਲਵੇ, ਕਿਉਂਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਅੱਜ ਸਮੈਕ, ਚਿੱਟਾ ਅਤੇ ਜਿਹੜਾ ਤਰ੍ਹਾਂ ਤਰ੍ਹਾਂ ਦਾ ਨਸ਼ਾ ਜਿਹੜਾ ਉਹ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਾ ਚੁੱਕਾ, ਘਰਾਂ ਦੇ ਵਿੱਚ ਜਾ ਚੁੱਕਾ, ਔਰ ਰੋਜ਼ ਜਵਾਨੀ ਦਾ ਘਾਣ ਹੋ ਰਿਹਾ, ਤਾਂ ਉਸ ਨੂੰ ਰੋਕਣ ਵਾਸਤੇ ਇਹ ਜਿਹੜਾ ਉਹਨਾਂ ਨੇ ਸਾਨੂੰ ਇੱਕ ਸੁਨੇਹਾ ਦਿੱਤਾ, ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ। ਠੀਕ ਹੈ ਜੀ। ਕੁਲਾਣਾ ਜੀ, ਪ੍ਰਧਾਨ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ, ਜਿਹੜੇ ਕਿ ਹੁਸ਼ਿਆਰਪੁਰ ਤੋਂ ਅੱਜ ਸਰਦਾਰ ਕਮੈਲ ਸਿੰਘ ਦੀ ਟੀਮ ਅਹਿਮਦ ਜਿਹੜੇ ਕਿ ਮੁੱਖ ਸਲਾਹਕਾਰ ਨੇ, ਇਹਨਾਂ ਦੀ ਅਗਵਾਈ ਦੇ ਵਿੱਚ ਚੋਣ ਕਮਿਸ਼ਨ ਜੀ ਨੂੰ ਅਸੀਂ ਮੰਗ ਪੱਤਰ ਦਿੱਤਾ, ਔਰ ਮੰਗ ਪੱਤਰ ਦਾ ਜਿਹੜਾ ਇਹਨਾਂ ਨੇ ਸਾਰਾ ਦੱਸ ਹੀ ਦਿੱਤਾ ਵੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨੂੰ ਲੈ ਕੇ ਕੀਤਾ, ਔਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਜਿਹੜਾ ਡੈਪੂਟੇਸ਼ਨ ਉਹਨਾਂ ਤੋਂ ਮੰਗ ਲਈ ਸੀ, ਪਿੱਛੇ ਗਵਰਨਰ ਸਾਹਿਬ ਨੂੰ ਵੀ ਮਿਲੇ ਸੀ, ਪਰ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਇਹ ਜਿਹੜੀ ਡਿਮਾਂਡ ਹੈ ਇਲੈਕਸ਼ਨ ਕਮਿਸ਼ਨ ਦੇ ਕੋਲ ਤੁਸੀਂ ਕਰ ਸਕਦੇ ਹੋ, ਔਰ ਉਹ ਜਿਹੜੀ ਸਾਡੀ ਡਿਮਾਂਡ ਹੈ ਕਿ ਜਿਵੇਂ ਆਜ਼ਾਦੀ ਤੋਂ ਬਾਅਦ ਸਾਡੇ ਜਿਹੜੇ ਕੁਝ ਹਲਕੇ ਨੇ ਵਿਧਾਨ ਸਭਾ ਦੇ ਜਾਂ ਲੋਕ ਸਭਾ ਦੇ, ਉਹ ਪੱਕੇ ਤੌਰ 'ਤੇ ਰਿਜ਼ਰਵ ਚੱਲੇ ਆ ਰਹੇ, ਅਸੀਂ ਉਹਨਾਂ ਨੂੰ ਇਹ ਮੰਗ ਕੀਤੀ ਹੈ ਕਿ ਜਿਹੜੇ ਸਾਡੇ ਰਿਜ਼ਰਵ ਹਲਕੇ ਨੇ ਪੱਕੇ ਤੌਰ 'ਤੇ ਰਿਜ਼ਰਵ ਕੀਤੇ ਹੋਏ ਨੇ, ਉਹਨਾਂ ਨੂੰ ਰੋਟੇਸ਼ਨ ਬਾਈ ਹੋਣਾ ਚਾਹੀਦਾ ਆ, ਔਰ ਸਾਰਿਆਂ ਨੂੰ ਬਦਲ ਬਦਲ ਕੇ ਜਿਹੜਾ ਮੌਕਾ ਮਿਲਣਾ ਚਾਹੀਦਾ, ਔਰ ਉਹਨਾਂ ਨੇ ਇਹ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ, ਔਰ ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਵਾਕਿਆ ਹੀ ਇਸ ਗੱਲ ਦਾ ਮੈਨੂੰ ਨਹੀਂ ਸੀ ਪਤਾ ਕਿ ਆਪਾਂ ਇਹਨੂੰ ਜੋ ਵੀ ਕਾਨੂੰਨੀ ਦਾਇਰੇ ਦੇ ਹਿਸਾਬ ਦੇ ਨਾਲ ਜਿਹੜਾ ਆਪਾਂ ਤੁਹਾਡੀ ਮੰਗ ਜਿਹੜੀ ਸਵੀਕਾਰ ਕਰਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸੰਬੰਧੀ ਆਪਾਂ ਇੱਕ ਪਟੀਸ਼ਨ ਜਿਹੜੀ ਤਿਆਰ ਕਰਕੇ ਇਹਨੂੰ ਪਟੀਸ਼ਨ ਨੂੰ ਵੀ ਪਾ ਰਹੇ ਇਹਨਾਂ ਦੇ ਕੋਲ ਇਲੈਕਸ਼ਨ ਕਮਿਸ਼ਨ ਦੇ ਥਰੂ, ਕਿ ਜਿਹੜੇ ਸਾਡੇ ਹਲਕੇ ਆ ਵਿਧਾਨ ਸਭਾ ਜਾਂ ਲੋਕ ਸਭਾ ਇਹ ਰੋਟੇਸ਼ਨ ਬਾਈ ਹੋਣੇ ਚਾਹੀਦੇ ਆ। ਠੀਕ ਹੈ।